दैनिक सवेरा देख रहे हो तुसी ते मैं हिम्मत सिंह दिकवाल। पिछले कुछ दिन पहला लुधियाना के कमिश्नर ऑफ पुलिस श्री राकेश कुमार अग्रवाल के वलों एक प्रेस कॉन्फ्रेंस करके वड्डे खुलासे किए गए थे, जिदे पखुआ रोड से जिहड़ा कि कॉल सेंटर चलाया जा रहा, जिहड़ा कि फेक कॉल सेंटर से, जिदे 22 जिहड़े कि कर्मचारी से वो गिरफ़्तार किए गए, 100,000 रुपये जिहड़े कि नगदी हवाले की रकम से जिहड़ी वो भी बरामद की गई थी। उस दौरान अज लुधियाना के डिवीजन नंबर 3 के पुलिस पार्टी वालों रेड की गई है। तस्वीरें तुहानू दिखा दिंदे आ दुकान दीआं, इह दुकान है, इहो दुकान के मालक ने जिथे पखुआ रोड जिहड़ा कॉल सेंटर चलता सी ਉਹ ਇਹਨਾਂ ਵੱਲੋਂ ਰੈਂਟ 'ਤੇ ਦਿੱਤਾ ਗਿਆ ਸੀ, ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ। ਸੋ ਮੌਕੇ 'ਤੇ ਅੱਜ ADCP 1 ਪ੍ਰਗਿਆ ਜੈਨ, SHO ਡਿਵੀਜ਼ਨ ਨੰਬਰ 3, SHO ਡਿਵੀਜ਼ਨ ਨੰਬਰ 5 ਅਤੇ ਸਾਈਬਰ ਸੈੱਲ ਦੇ ACP ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਪੁਲਿਸ ਪਾਰਟੀ ਦੇ ਵਿੱਚ ਰੇਡ ਕੀਤੀ ਗਈ ਸੀ। ਅਤੇ ਇੱਥੋਂ ਜਿਹੜੀ ਕਿ 315 ਬੋਲ ਗਨ ਹੈ ਅਤੇ ਇੱਕ ਰਿਵੋਲਵਰ ਹੈ ਜਿਹੜੀ ਕਿ ਉਹ ਵੀ ਜਿਹੜੀ ਕਿ ਇੱਥੋਂ ਤੋਂ ਬਰਾਮਦ ਕਰਕੇ ਲੈ ਗਏ ਨੇ। ਹਾਲਾਂਕਿ ਦੱਸਿਆ ਜਾ ਰਿਹਾ ਕਿ ਉਹ ਲਾਇਸੈਂਸੀ ਅਸਲਾ ਸੀ। ਔਰ ਤੁਹਾਨੂੰ ਦੱਸ ਦਿੰਦੇ ਹਾਂ, ਇਸ ਮਾਮਲੇ ਦੇ ਵਿੱਚ ਕਮਿਸ਼ਨਰ ਸਾਹਿਬ ਵੱਲੋਂ ਦੱਸਿਆ ਗਿਆ ਸੀ ਕਿ ਜਿਹੜੇ ਲੋਕ ਨੇ ਉਹ ਜਿਹੜੇ USA ਜਾਂ UK ਰਹਿੰਦੇ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਸੀ, ਸੇਲ ਟੈਕਸ ਦੇ ਜਿਹੜੇ ਕਿ ਅਫਸਰ ਬਣ ਕੇ ਅਧਿਕਾਰੀ ਬਣ ਕੇ ਉਹਨਾਂ ਨੂੰ ਫੇਕ ਇਨਕੁਆਇਰੀ ਫੇਕ ਜਾਣਕਾਰੀ ਦੱਸ ਕੇ ਉਹਨਾਂ ਦੇ ਵੱਲੋਂ ਪੈਸੇ ਠੱਗੇ ਜਾਂਦੇ ਸੀ। ਕਈ ਲੋਕਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ ਸੀ, ਜਿਸ ਦਾ ਖੁਲਾਸਾ ਕਰਦੇ ਆ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ ਗਿਆ ਸੀ। ਸੋ ਉਸ ਦੇ ਵਿੱਚ ਹੀ ਅੱਜ ਇੱਕ ਵੱਡਾ ਖੁਲਾਸਾ ਹੋਰ ਹੋਇਆ। ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ। ਡਿਵੀਜ਼ਨ ਨੰਬਰ 3 ਦੀਆਂ ਤਸਵੀਰਾਂ ਨੇ, ਜਿਹੜਾ ਕਿ ਇਸਲਾਮੀਆ ਰੋਡ ਨੂੰ ਸਕੂਲ ਜਾਂਦਾ, ਇਸਲਾਮੀਆ ਸਕੂਲ ਨੂੰ ਰੋਡ ਜਾਂਦਾ, ਉਸ ਰੋਡ ਦੀਆਂ ਤਸਵੀਰਾਂ ਨੇ। ਇਹ ਦੁਕਾਨ ਦੇ ਮਾਲਕ ਨੇ ਜਿਹੜੇ ਇੱਥੇ ਮੌਕੇ ਤੇ ਮੌਜੂਦ ਨੇ, ਇਹਨਾਂ ਦਾ ਮੁੰਡਾ ਵੀ ਵਿੱਚ ਨਾਮ ਦਰਜ ਹੈ। ਹਾਲਾਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਮੁੰਡੇ ਨੂੰ ਜਿਹੜਾ ਕਿ ਨਜਾਇਜ਼ ਤੌਰ ਤੇ ਵਸਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿ 10% ਹੈ ਜਿਹੜਾ ਕਿ ਹਿੱਸਾ ਸੀ ਉਹਦੇ ਵਿੱਚ, ਜਦਕਿ ਇੱਦਾਂ ਦੀ ਕੋਈ ਵੀ ਗੱਲ ਨਹੀਂ। ਇਹਨਾਂ ਵੱਲੋਂ ਜਿਹੜੇ ਕਿ ਰੈਂਟ ਦੇ ਜਿਹੜੇ ਡਾਕੂਮੈਂਟ ਸੀ, ਦਸਤਾਵੇਜ਼ ਸੀ, ਉਹ ਵੀ ਕਹਿੰਦੇ ਸੀ ਪੁਲਿਸ ਪਾਰਟੀ ਨੂੰ ਸਬਮਿਟ ਕਰਵਾ ਦਿੱਤੇ ਗਏ ਹੈ, ਵੀ ਸਾਡਾ ਰੋਲ ਕੋਈ ਨਹੀਂ, ਸਾਡੀ ਜਿਹੜੀ ਜਗ੍ਹਾ ਸੀ ਉਹ ਅਸੀਂ ਰੈਂਟ 'ਤੇ ਦਿੱਤੀ ਹੋਈ ਸੀ। ਅਤੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਦੇ ਮੁੰਡੇ ਨੂੰ ਵਿੱਚ ਨਾਮਦਰਜ ਕੀਤਾ ਗਿਆ ਅਤੇ ਅਰੈਸਟ ਉਹਦੀ ਪੈ ਚੁੱਕੀ ਹੋਈ ਹੈ। ਅੱਜ ਉਸ ਤੋਂ ਬਾਅਦ ਫਿਰ ਇੱਕ ਵਾਰ ਰੇਡ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇਹਨਾਂ ਦੇ ਕੋਲੋਂ ਇੱਕ 315 ਬੋਰ ਗਨ ਅਤੇ ਇੱਕ ਪਿਸਤਲ ਜਿਹੜੀ ਕਿ ਉਹ ਬਰਾਮਦ ਕਰਕੇ ਪੁਲਿਸ ਆਪਣੇ ਨਾਲ ਲੈ ਗਈ ਹੈ। ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਇਸ ਦੇ ਵਿੱਚ ਵੱਜ ਖੁਲਾਸੇ ਹੁੰਦੇ ਨੇ। ਸਾਈਬਰ ਕ੍ਰਾਈਮ ਵਾਲਿਆਂ ਵੱਲੋਂ ਨਾ ਕੋਈ ਪਰਚਾ ਦਰਜ ਕੀਤਾ ਸੀ ਮੇਰੇ ਮੁੰਡੇ 'ਤੇ, ਜਦਕਿ ਮੁੰਡੇ ਅਸੀਂ ਨਾ ਉਹ ਜਿੱਥੇ ਉਹ ਵਾਰਦਾਤ ਹੋਈ ਹੈ ਨਾ ਉਹ ਜਗ੍ਹਾ ਅਸੀਂ ਰੈਂਟ 'ਤੇ ਦਿੱਤੀ ਹੋਈ ਆ। ਸਾਡੇ ਕੋਲ ਰੈਂਟ ਦਾ ਚੈੱਕ ਲਿੱਤਾ ਹੋਇਆ, 1.5 ਲੱਖ ਦਾ ਚੈੱਕ ਲਿੱਤਾ ਹੋਇਆ ਸਾਡਾ, ਉਹਨਾਂ ਕੋਈ ਮਤਲਬ ਨਹੀਂ। ਸਾਡੇ ਪਰ ਖਿਲਾਫ ਜਿਹੜੀ ਸਾਜ਼ਿਸ਼ ਰਚੀ ਗਈ ਆ ਉਹਦੇ ਬਾਅਦ ਨੰਬਰ ਤੋਂ ਸਾਡੇ ਕੋਲ ਪੱਕੇ ਸਬੂਤ ਹੈਗੇ ਆ। ਹਰ ਸਾਲ ਅਸੀਂ 30-35 ਲੱਖ ਰੁਪਏ ਇਨਕਮ ਟੈਕਸ ਰਿਟਰਨ ਜਮ੍ਹਾਂ ਕਰਾਈ ਦੀ ਆ, ਜਦਕਿ ਪੱਕੇ ਪਏ ਹੁੰਦੇ ਆ, ਕੋਈ ਕੱਚੇ ਨਹੀਂ ਹੁੰਦੇ। ਪਰ ਰਿਟਰਨ ਜਮ੍ਹਾਂ ਕਰਾਈ, ਹੁਣ ਵੀ 34 ਲੱਖ ਰਿਟਰਨ ਜਮ੍ਹਾਂ ਕਰਾਈ ਸੀ, ਸਾਰਾ ਕਰਾਉਂਦੇ ਹਾਂ ਅਸੀਂ। ਕੋਈ ਸਾਡੇ ਕੋਲ ਕੋਈ ਠੱਗੀ ਠੋਡੇ ਕੰਮ ਨਹੀਂ ਹੈ, ਸਾਨੂੰ ਧੱਕੇ ਨਾਲ ਇਹਨਾਂ ਨੇ ਸਾਡੇ ਠੱਗੀ ਦਾ ਕੇਸ ਪਾ। ਉਹ ਜਗ੍ਹਾ ਸਾਡੀ ਆ, ਅਸੀਂ ਕਿਰਾਏ 'ਤੇ ਦਿੱਤੀ ਸੀ, ਅਸੀਂ ਉਹ ਕਿਰਾਏ 'ਤੇ ਦਿੱਤੀ ਹੋਈ ਸੀਗੀ। 1.5 ਲੱਖ ਰੁਪਏ ਉਹ ਚੱਕ ਲਿੱਤਾ ਸੀ, 1.5 ਲੱਖ ਉਹਨੇ ਸਾਨੂੰ ਕਿਰਾਇਆ ਦਿੱਤਾ। ਹਾਂ, ਰੈਂਟ ਐਗਰੀਮੈਂਟ ਹੈ, ਰੈਂਟ ਡੀਡ ਹੈਗੀ ਆ, ਉਹ ਪੁਲਿਸ ਵਾਲਿਆਂ ਨੂੰ ਦਿਖਾ ਦਈ, ਉਹ ਮੰਨਦੇ ਉਹ ਚੱਕ। ਮੁੰਡੇ ਰੋਲੇ ਦੱਸਦਾ ਵੀ ਕਹਿੰਦੇ ਉਹ ਨਾਲ ਸੀਗਾ। ਇੱਕ ਬੰਦਾ ਕਹਿੰਦਾ ਵੀ ਇਹ 10 ਮਿੰਟ ਕੋਈ ਪਰੂਫ ਹੀ ਹੈ ਨਹੀਂ, 10 ਮਿੰਟ ਲੈਂਦਾ, ਕੋਈ ਪਰੂਫ ਤਾਂ ਹੋਵੇ ਵੀ ਮਾਲਕ ਉਹਦੇ ਵਿੱਚ ਆਉਂ ਜੀ, ਫੋਟੋ ਹੋਵੇ, ਕੰਮ ਕਰਦੇ ਫੋਟੋ ਹੋਵੇ, ਕੋਈ ਕੰਮ ਹੋਵੇ, ਨੰਬਰ ਦਿਓ। ਮੇਰੇ ਮੁੰਡੇ ਨੇ ਫੜਿਆ ਬਾਹਰੋਂ ਆ, ਆਪਣੇ ਸ਼ੋਰੂਮ ਤੋਂ ਫੜਿਆ, ਉੱਧਰੋਂ ਇਹਨਾਂ ਨੇ ਉਹ ਦਿਖਾਇਆ, ਬਲਕਿ ਉਹ ਉਹਨੂੰ ਮਾਲਕ ਬਣਾਈ ਫਿਰਦੇ, ਉਹ ਮਾਲਕ ਹੈ ਹੀ ਨਹੀਂਗਾ। ਅੱਜ ਉਹ ਰੇਡ ਕਰਨਾ, ਉਹ ਸਰਚ ਰਿਪੋਰਟ ਸਰਚ ਕਰਨ ਆਏ ਸੀਗੇ, ਇੱਥੋਂ ਕੁਛ ਨਹੀਂ ਮਿਲਿਆ, ਖਾਲੀ ਹੱਥ ਗਏ ਆ। ਹੁਣ ਲਿਖ ਕਹਿੰਦੇ ਇੱਦਾਂ ਵੀ ਸਾਡੇ ਕੋਈ ਦੋ ਅਸਲੇ ਮਿਲੇ ਸੀਗੇ, ਸਾਡੇ ਕੋਲ 3 ਅਸਲੇ ਹੈਗੇ, 2 ਅਸਲੇ ਮਿਲੇ ਸੀ, ਕਸਲਾ ਸਾਡਾ ਉੱਥੇ ਪਿਆ, ਲੋਕਰ ਪਿਆ, 2 ਅਸਲੇ ਲੈ ਗਏ ਆ। ਮੈਂ ਉਹਨਾਂ ਨੂੰ ਕਿਹਾ ਵੀ ਅਸਲਾ ਸਾਨੂੰ ਦੇ ਜਾਓ, ਉਹ ਕਹਿੰਦੇ ਅਸੀਂ ਥਾਣੇ ਨੂੰ ਦੇ ਦੇਵਾਂਗੇ। ਹਾਂ, ਲਾਇਸੈਂਸੀ ਅਸਲੇ ਆ, ਲਾਇਸੈਂਸ ਵੀ ਦੇ ਦਿੱਤੇ ਇਹਨਾਂ ਨੂੰ, ਸਭ ਕੁਝ ਦੇਤਾ, ਕਰ ਲਿਆ ਗਿਆ। ਠੀਕ ਆ ਜੀ, ਗਲਤੀ ਹੋ ਰਿਹਾ ਜੀ, ਗਲਤ ਸਹੀ ਕਰਿਆ, ਗਲਤ ਹੋ ਰਿਹਾ। ਅਸੀਂ ਤਾਂ ਰੈਂਟ 'ਤੇ ਦਿੱਤੀ ਹੋਈ ਆ, ਉਹ ਅਸੀਂ ਤਾਂ ਰੈਂਟ 'ਤੇ ਦਿੱਤੀ ਹੋਈ ਆ, ਰੈਂਟ ਡੀਡ ਸਾਡੇ ਕੋਲ ਹੈਗੀ ਆ, ਰੈਂਟ ਡੀਡ ਅਸੀਂ ਲਾਈ ਹੋਈ ਆ। ਉਹਨੇ ਨਾਲ ਲਿਖ ਕੇ ਦਿੱਤਾ ਉਹਨੇ ਵੀ ਮੈਂ ਗਲਤ ਕੰਮ ਨਹੀਂ ਕਰੂੰਗਾ, ਕੋਈ ਬੰਦਾ ਜਿਹਨੂੰ ਰੈਂਟ 'ਤੇ ਦਿੱਤੀ ਹੈ ਨਾ, ਉਹ ਕਹਿੰਦਾ ਮੈਂ ਗਲਤ ਕੰਮ ਨਹੀਂ ਕਰੂੰਗਾ। ਉਹਦੀ ਉਮਰ ਹੈਗੀ ਆ 40 ਸਾਲ ਦੀ, ਉਹ 20 ਸਾਲ ਤੋਂ ਕੰਮ ਕਰਦਾ ਆ, ਉਹ ਪੱਕਾ ਕੰਮ ਕਰਦਾ, ਹਰ ਤਿੰਨ ਮਹੀਨੇ ਉਹ ਏਅਰਟੈਲ ਪਖੁਆ ਰੋਡ 'ਤੇ, ਉੱਥੇ ਫਿਰੋਜ਼ ਗਾਂਧੀ ਮਾਰਕੀਟ ਪਖੁਆ ਰੋਡ 'ਤੇ ਸਾਰਾ ਕੰਮ ਉਹਦਾ ਹੈਗਾ। ਕੈਮਰਾ ਪਰਸਨ ਪਵਨ ਨਾਲ ਹਿੰਮਤ ਸਿੰਘ ਦਿਕਪਾਲ, ਦੈਨਿਕ ਸਵੇਰਾ ਲੁਧਿਆਣਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।